ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਕਮਲਦੀਪ ਸਿੰਘ ਔਜਲਾ ਫਰੋਮ ਈਰੂ ਡਾਇਟ ਨਿਊਟ੍ਰੀਸ਼ਨ, ਤੇ ਅੱਜ ਆਪਾਂ ਗੱਲ ਕਰਾਂਗੇ ਦੁੱਧ ਬਾਰੇ ਤੇ ਡੇਅਰੀ ਪ੍ਰੋਡਕਟਸ ਬਾਰੇ ਕਿ ਦੁੱਧ ਜਾਂ ਡੇਅਰੀ ਪ੍ਰੋਡਕਟਸ ਡਾਇਬਟਿਕ ਪਰਸਨ ਨੂੰ, ਡਾਇਬਟਿਕ ਪੇਸ਼ੈਂਟ ਨੂੰ ਲੈਣੇ ਚਾਹੀਦੇ ਨੇ ਜਾਂ ਨਹੀਂ। ਮੇਰਾ ਜਵਾਬ ਹੈ ਜੀ ਹਾਂ, ਬਿਲਕੁਲ ਲੈਣੇ ਚਾਹੀਦੇ ਨੇ। ਲੇਕਿਨ ਆਪਾਂ ਇੱਕ ਚੀਜ਼ ਸਮਝ ਲਈਏ ਵੀ ਡੇਅਰੀ ਪ੍ਰੋਡਕਟਸ ਦੇ ਵਿੱਚ, ਦੁੱਧ ਦੇ ਵਿੱਚ ਲੈਕਟੋਸ ਨਾਮ ਦੀ ਸ਼ੂਗਰ ਵੀ ਹੁੰਦੀ ਹੈ। ਸੋ ਚਾਹੇ ਤੁਸੀਂ ਫਿੱਕੇ ਦੁੱਧ ਦਾ ਗਲਾਸ ਵੀ ਲੈ ਰਹੇ ਹੋ, ਲੈਕਟੋਸ ਨਾਮ ਦੀ ਸ਼ੂਗਰ ਤੁਸੀਂ ਆਪਣੀ ਬੋਡੀ ਵਿੱਚ ਪਾ ਰਹੇ ਹੋ। ਸੋ ਘੱਟ ਮਾਤਰਾ ਦੇ ਵਿੱਚ ਪੀਤਾ ਹੋਇਆ ਦੁੱਧ ਤੁਹਾਨੂੰ ਕਦੀ ਵੀ ਨੁਕਸਾਨ ਨਹੀਂ ਕਰੇਗਾ। ਸੋ ਮੈਂ ਤੁਹਾਨੂੰ ਸੁਜੈਸਟ ਕਰਦਾ ਕਿ ਗਲਾਸ ਜਿਹੜਾ ਤੁਸੀਂ ਦੁੱਧ ਦਾ ਪੀਂਦੇ ਆ, 200-250 ml ਮਿਲੀ ਲੀਟਰ ਦਾ ਜਿਹੜਾ ਹੁੰਦਾ ਆ, ਉਹਨੂੰ ਆਪਾਂ ਅਵੋਇਡ ਕਰ ਦੇਈਏ। ਆਪਾਂ ਦੁੱਧ ਪੀਣਾ ਸਟਾਰਟ ਕਰੀਏ ਕੱਪ ਦੇ ਵਿੱਚ ਪਾ ਕੇ। ਕੱਪ ਜਿਹਦਾ ਸਾਈਜ਼ ਹੋਵੇ 120-150 ml, ਠੀਕ ਹੈ। ਵੱਡਾ ਕੱਪ ਨਾ ਲੈ ਲਿਓ ਹੁਣ ਵਲੈਤੀਆਂ ਵਾਲਾ, ਠੀਕ ਹੈ। ਆਪਣੇ ਕੱਪ ਦਾ ਸਾਈਜ਼ ਜਿਹੜਾ ਆ ਉਹ ਛੋਟਾ ਰੱਖੋ। ਘੱਟ ਮਾਤਰਾ 'ਚ ਪੀਤਾ ਹੋਇਆ ਦੁੱਧ ਤੁਹਾਨੂੰ ਕਦੀ ਵੀ ਨੁਕਸਾਨ ਨਹੀਂ ਕਰੂਗਾ। ਇੱਕ ਚੀਜ਼ ਜਿਹੜੀ ਤੁਸੀਂ ਹੋਰ ਧਿਆਨ ਰੱਖਣੀ ਹੈ ਇਹਦੇ ਵਿੱਚ, ਦੇਖੋ ਲੈਕਟੋਸ ਨਾਮ ਦੀ ਸ਼ੂਗਰ ਤਾਂ ਉਹਦੇ ਵਿੱਚ ਹੈਗੀ ਆ। ਅਗਰ ਆਪਾਂ ਇਸ ਦੁੱਧ ਨੂੰ ਖਾਣੇ ਦੇ ਟਾਈਮ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਲੈ ਸਕਦੇ ਹਾਂ ਤਾਂ ਉਹ ਸਾਰਿਆਂ ਤੋਂ ਵਧੀਆ ਆ, ਠੀਕ ਹੈ, ਉਹ ਸਭ ਤੋਂ ਵਧੀਆ। ਲੇਕਿਨ ਅਗਰ ਤੁਸੀਂ ਆਪਣੇ ਨਾਸ਼ਤੇ ਤੋਂ ਜਾਂ ਖਾਣੇ ਤੋਂ ਪਹਿਲਾਂ ਦੁੱਧ ਦਾ ਕੱਪ ਨਹੀਂ ਲੈਂਦੇ, ਤਾਂ ਬਾਅਦ ਦੇ ਵਿੱਚ ਦੁੱਧ ਦਾ ਕੱਪ ਪੀਣ ਲਈ ਤੁਹਾਨੂੰ 1 ਘੰਟੇ ਦਾ ਗੈਪ ਜ਼ਰੂਰ ਆਪਣੇ ਖਾਣੇ ਦੇ ਵਿੱਚ ਪਾਉਣਾ ਚਾਹੀਦਾ ਆ, ਠੀਕ ਹੈ ਜੀ। ਇਸ ਚੀਜ਼ ਦਾ ਧਿਆਨ ਰੱਖੋ। ਹੁਣ ਗੱਲ ਆ ਜਾਂਦੀ ਹੈ ਵੀ ਦੁੱਧ ਕਿਹੜਾ ਪੀਣਾ ਚਾਹੀਦਾ, ਮੱਝ ਦਾ ਜਾਂ ਗਾਂ ਦਾ। ਦੇਖੋ ਮੱਝ ਦਾ ਜਿਹੜਾ ਦੁੱਧ ਆ ਉਹ ਹਾਈ ਫੈਟ ਹੁੰਦਾ ਆ, ਠੀਕ ਹੈ। ਗਾਂ ਦਾ ਦੁੱਧ ਜਿਹੜਾ ਆ ਉਹ ਲੋ ਫੈਟ ਆ, ਲੇਕਿਨ ਉਹਦੇ ਵਿੱਚ ਵਿਟਾਮਿਨ ਏ ਜ਼ਿਆਦਾ ਹੁੰਦਾ। ਵਿਟਾਮਿਨ ਏ ਸਾਡੀ ਸਕਿਨ ਲਈ ਅਤੇ ਸਾਡੀ ਅੱਖਾਂ ਲਈ ਬਹੁਤ ਇੰਪੋਰਟੈਂਟ ਆ, ਇਸੇ ਕਰਕੇ ਉਹ ਵਿਟਾਮਿਨ ਏ ਦੇ ਹੋਣ ਕਰਕੇ ਹੀ ਗਾਂ ਦਾ ਦੁੱਧ ਜਿਹੜਾ ਆ ਉਹ ਹਲਕਾ ਪੀਲੇ ਰੰਗ ਦਾ ਹੁੰਦਾ ਆ, ਠੀਕ ਹੈ, ਹਲਕਾ ਯੈਲੋ ਕਲਰ ਹੁੰਦਾ। ਉਹਦਾ ਘਿਓ ਵੀ ਜਿਹੜਾ ਆ ਉਹ ਹਲਕਾ ਯੈਲੋ ਕਲਰ ਦਾ ਹੁੰਦਾ ਆ, ਉਹ ਵਿਟਾਮਿਨ ਏ ਦੇ ਕਰਕੇ ਆ। ਸੋ ਵਧੀਆ ਚੀਜ਼ ਆ, ਅਗਰ ਤੁਸੀਂ ਸਵਿਚ ਕਰਨਾ ਚਾਹੁੰਦੇ ਆ, ਗਾਂ ਦਾ ਦੁੱਧ ਜਿਹੜਾ ਆ ਤੁਹਾਡੇ ਲਈ ਜ਼ਿਆਦਾ ਹੈਲਦੀ ਆ, ਠੀਕ ਹੈ ਜੀ। ਹੁਣ ਅੱਗੇ ਫਰਦਰ ਗੱਲ ਕਰੀਏ ਵੀ ਮਾਰਕੀਟ ਦੇ ਵਿੱਚ ਜਿਹੜਾ ਆ ਉਹ ਕਾਫੀ ਸਾਰਾ ਅਲੱਗ ਅਲੱਗ ਟਾਈਪ ਦਾ ਜਿਹੜਾ ਮਾਰਕੀਟ ਦੇ ਵਿੱਚ ਦੁੱਧ ਵਿਕ ਰਿਹਾ ਆ, ਠੀਕ ਹੈ। ਇੱਕ ਆ ਜਾਂਦਾ ਆ ਵੀ ਜਿਹਦੇ ਵਿੱਚ 6% ਫੈਟ ਆ, ਇੱਕ ਆ ਜਾਂਦਾ ਜਿਹਦੇ ਵਿੱਚ ਸਟੈਂਡਰਡ ਜਿਹੜਾ 4% ਫੈਟ ਹੈ, 4.5% ਫੈਟ ਆ, ਇੱਕ ਜਿਹੜਾ ਹੈਗਾ ਉਹ 1.5% ਫੈਟ, ਤੇ ਇੱਕ ਬਿਲਕੁਲ ਲੋ ਫੈਟ ਮਿਲ ਕੇ ਆ ਜਿਹਦੇ ਵਿੱਚ ਸਿਰਫ 0.5% ਫੈਟ ਹੁੰਦੀ ਹੈ। ਹੁਣ ਅਗਰ ਤੁਹਾਨੂੰ ਡਾਇਬਟੀਜ਼ ਆ ਤਾਂ ਤੁਹਾਨੂੰ ਕਿਹੜਾ ਪੀਣਾ ਚਾਹੀਦਾ? ਤੁਹਾਨੂੰ ਫੁੱਲ ਫੈਟ ਮਿਲਕ ਪੀਣਾ ਚਾਹੀਦਾ ਹੈ, ਯਾਨੀ ਕਿ ਸਭ ਤੋਂ ਜ਼ਿਆਦਾ ਮਾਤਰਾ 'ਚ ਜਿਹਦੇ 'ਚ ਫੈਟ ਆ ਨਾ, ਤੁਹਾਨੂੰ ਉਹ ਵਾਲਾ ਦੁੱਧ ਪੀਣਾ ਚਾਹੀਦਾ ਆ, ਤੁਹਾਡੇ ਲਈ ਸਭ ਤੋਂ ਵਧੀਆ ਉਹ ਹੀ ਆ। ਹੁਣ ਉਹਦਾ ਕਾਰਨ ਕੀ ਹੈ? ਦੇਖੋ ਜਦੋਂ ਤੁਸੀਂ ਕਿਸੇ ਚੀਜ਼ ਵਿੱਚੋਂ ਫੈਟ ਕੱਢੋਗੇ ਤੇ ਉਸ ਪ੍ਰੋਡਕਟ ਦੇ ਵਿੱਚ ਜਿਹੜੇ ਬਾਕੀ ਪ੍ਰੋਟੀਨ ਤੇ ਕਾਰਬੋਹਾਈਡਰੇਟ ਆ ਉਹਨਾਂ ਦੀ ਮਾਤਰਾ ਵਧੂਗੀ। ਮਾਤਰਾ ਨੰਬਰਾਂ 'ਚ ਨਹੀਂ ਵਧੂਗੀ, ਮਾਤਰਾ ਪਰਸੈਂਟੇਜ 'ਚ ਵਧੂਗੀ, ਠੀਕ ਹੈ। ਸੋ ਸਾਨੂੰ ਇਹ ਗੱਲ ਤਾਂ ਪਤਾ ਆ ਵੀ ਜਿਹੜੇ ਕਾਰਬੋਹਾਈਡਰੇਟ ਆ ਉਹ ਸਾਡੀ ਸ਼ੂਗਰ ਨੂੰ ਖਰਾਬ ਕਰਦੇ ਆ, ਜਦਕਿ ਫੈਟ ਜਿਹੜੀ ਆ ਫੈਟ ਸਾਡੀ ਸ਼ੂਗਰ ਨੂੰ ਦਿੱਕਤ ਨਹੀਂ ਕਰਦੀ, ਫੈਟ ਸਾਡੀ ਸ਼ੂਗਰ ਲਈ ਵਧੀਆ ਆ ਬਲੱਡ ਸ਼ੂਗਰ ਵਾਸਤੇ, ਠੀਕ ਹੈ। ਸੋ ਆਪਾਂ ਕੀ ਕਰਨਾ ਆ, ਆਪਾਂ ਹਾਈ ਫੈਟ ਵਾਲਾ ਦੁੱਧ ਲੈਣਾ। ਹੁਣ ਇਸ ਸਲਾਹ ਨੂੰ ਵੀ ਥੋੜ੍ਹਾ ਜਿਹਾ ਪਹਿਲਾਂ ਧਿਆਨ ਨਾਲ ਵਿਚਾਰ ਕੇ ਅਤੇ ਫਿਰ ਮੰਨਿਓ, ਠੀਕ ਹੈ। ਇੱਦਾਂ ਨਾ ਹੋਵੇ ਵੀ ਸਾਰੇ ਜਿਹੜੇ ਸ਼ੂਗਰ ਪੇਸ਼ੈਂਟ ਆ ਉਹ ਹਾਈ ਫੈਟ ਵਾਲਾ ਜਿਹੜਾ ਗਾੜਾ ਦੁੱਧ ਆ ਉਹ ਪੀਣਾ ਸ਼ੁਰੂ ਕਰ ਦਿਓ, ਨਹੀਂ। ਅਗਰ ਤੁਹਾਨੂੰ ਸਿਰਫ ਤੇ ਸਿਰਫ ਸ਼ੂਗਰ ਦੀ ਪ੍ਰੋਬਲਮ ਆ, ਸਿਰਫ ਤੇ ਸਿਰਫ ਸ਼ੂਗਰ, ਤੁਹਾਨੂੰ ਹੋਰ ਕੋਈ ਦਿੱਕਤ ਨਹੀਂ, ਤੁਹਾਨੂੰ ਕੋਈ ਕਿਡਨੀ ਦੀ ਪ੍ਰੋਬਲਮ ਨਹੀਂ, ਤੁਹਾਨੂੰ ਕੋਈ ਥਾਇਰਾਇਡ ਦੀ ਪ੍ਰੋਬਲਮ ਨਹੀਂ, ਤੁਹਾਨੂੰ ਕੋਈ ਹਾਰਟ ਦੀ ਪ੍ਰੋਬਲਮ ਨਹੀਂ, ਤੁਹਾਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈ, ਸਿਰਫ ਤੇ ਸਿਰਫ ਸ਼ੂਗਰ ਦੀ ਪ੍ਰੋਬਲਮ ਆ, ਤਾਂ ਤੁਸੀਂ ਜਿਹੜਾ ਆ ਹਾਈ ਫੈਟ ਵਾਲਾ ਦੁੱਧ ਲੈਣਾ ਆ, ਮਲਾਈ ਸਮੇਤ ਵੀ ਤੁਸੀਂ ਲੈ ਸਕਦੇ, ਠੀਕ ਹੈ। ਲੇਕਿਨ ਅਗਰ ਤੁਹਾਨੂੰ ਕੋਈ ਵੀ ਹੋਰ ਸਰੀਰਕ ਰੋਗ ਹੈ ਜਾਂ ਤੁਸੀਂ ਕੋਈ ਮੈਡੀਸਨ ਖਾਂਦੇ ਹੋ ਜਾਂ ਹੋਰ ਕੋਈ ਵੀ ਤੁਹਾਨੂੰ ਦਿੱਕਤ ਹੈਗੀ ਆ, ਉਸ ਕੇਸ ਦੇ ਵਿੱਚ ਤੁਸੀਂ ਜਿਹੜਾ ਆ ਪਤਲਾ ਦੁੱਧ ਹੀ ਲਓ, ਮਲਾਈ ਉਤਾਰ ਕੇ ਹੀ ਦੁੱਧ ਪੀਓ। ਸੋ ਦੋਸਤੋ ਇਹ ਤਾਂ ਗੱਲ ਹੋ ਗਈ ਦੁੱਧ ਦੀ, ਤੇ ਲੇਕਿਨ ਹੁਣ ਬਾਕੀ ਡੇਅਰੀ ਪ੍ਰੋਡਕਟਸ ਤੇ ਵੀ ਆਪਾਂ ਥੋੜੀ ਜਿਹੀ ਗੱਲ ਕਰ ਲਈਏ। ਦੇਖੋ ਡੇਅਰੀ ਪ੍ਰੋਡਕਟ ਜਿਵੇਂ ਕਿ ਸਾਡਾ ਦਹੀਂ ਹੋ ਗਿਆ, ਲੱਸੀ ਹੋ ਗਈ, ਪਨੀਰ ਹੋ ਗਿਆ ਜਾਂ ਚੀਜ਼ ਹੋ ਗਿਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਤੁਸੀਂ ਲੈ ਸਕਦੇ ਆ, ਲੇਕਿਨ ਕੰਟਰੋਲਡ ਮਾਤਰਾ ਦੇ ਵਿੱਚ। ਮਾਤਰਾ ਦਾ ਖਿਆਲ ਜ਼ਰੂਰ ਰੱਖੋ, ਜੇ ਦਹੀਂ ਲੈਣਾ ਆ 100 ਗ੍ਰਾਮ ਲਓ, ਲੱਸੀ ਲੈਣੀ ਉਹ ਵੀ ਵੱਡੇ ਗਲਾਸਾਂ 'ਚ, ਵੱਡੇ ਸਟੀਲ ਵਾਲੇ ਗਲਾਸਾਂ 'ਚ ਨਹੀਂ ਪੀਣੀ, ਠੀਕ ਹੈ। ਨਾਲੇ ਰੋਟੀ ਦੇ ਨਾਲ ਲੱਸੀ ਨਹੀਂ ਪੀਣੀ ਹੈਗੀ, ਠੀਕ ਹੈ ਜੀ। ਲੱਸੀ ਲੈਣੀ ਹੈ ਉਹਨੂੰ ਘੰਟਾ ਬਾਅਦ ਲਓ, ਲੇਕਿਨ ਲਓ ਆਪਣੇ ਛੋਟੇ ਗਲਾਸ ਦੇ ਵਿੱਚ, 200 ml ਵਾਲੇ ਗਲਾਸ 'ਚ। ਅਗਰ ਦਹੀਂ ਖਾਣਾ ਚਾਹੁੰਦੇ ਹੋ ਤਾਂ ਬਾਟੇ ਭਰ ਕੇ, ਕੌਲੀਆਂ ਡੋਂਗੇ ਭਰ ਕੇ ਦਹੀਂ ਨਹੀਂ ਖਾਣਾ ਹੈਗਾ, ਦਹੀਂ ਖਾਣਾ ਆ ਤੇ ਕਟੋਰੀ 'ਚ, ਕੌਲੀ 'ਚ ਪਾ ਕੇ ਖਾਣਾ ਆ। 100 ਗ੍ਰਾਮ ਦੀ ਮਾਤਰਾ ਤੱਕ ਤੁਸੀਂ ਦਹੀਂ ਜਿਹੜਾ ਉਹ ਆਪਣੇ ਖਾਣੇ ਦੇ ਨਾਲ ਲੈ ਸਕਦੇ ਹਾਂ। ਹੁਣ ਗੱਲ ਆ ਗਈ ਪਨੀਰ ਦੀ ਜਾਂ ਚੀਜ਼ ਦੀ। ਦੇਖੋ ਪਨੀਰ ਚੀਜ਼ ਬਣਾਉਣ ਦਾ ਜਿਹੜਾ ਪ੍ਰੋਸੈਸ ਆ ਨਾ, ਇਹਦੇ ਵਿੱਚ ਬਹੁਤ ਸਾਰੀ ਜਿਹੜੀ ਸਾਡੀ ਕਾਰਬੋਹਾਈਡਰੇਟ ਆ, ਜਿਹੜੀ ਸ਼ੂਗਰ ਆ, ਉਹ ਨਿਕਲ ਜਾਂਦੀ ਆ,
ਠੀਕ ਹੈ, ਪਨੀਰ ਦੇ ਵਿੱਚ ਕੋਈ ਖਾਸ ਸ਼ੂਗਰ ਨਹੀਂ ਹੁੰਦੀ, ਚੀਜ਼ ਦੇ ਵਿੱਚ ਕੋਈ ਖਾਸ ਸ਼ੂਗਰ ਨਹੀਂ ਹੁੰਦੀ, ਲੇਕਿਨ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਹੁਣ ਤੁਸੀਂ ਪਨੀਰ ਜਾਂ ਜਿਹੜਾ ਚੀਜ਼ ਆ ਇਹਨੂੰ ਕਾਰਬੋਹਾਈਡਰੇਟ ਵਾਲੀਆਂ ਹੋਰ ਚੀਜ਼ਾਂ ਨਾਲ ਖਾਣਾ ਸ਼ੁਰੂ ਕਰ ਦਿਓ। ਹੁਣ ਜੇ ਤੁਸੀਂ ਸੈਂਡਵਿਚ ਦੇ ਵਿੱਚ ਬ੍ਰੈਡ ਦੇ ਨਾਲ ਚੀਜ਼ ਖਾਓਗੇ ਤੇ ਉਹਨੇ ਤਾਂ ਤੁਹਾਡੀ ਸ਼ੂਗਰ ਦਾ ਨੁਕਸਾਨ ਬ੍ਰੈਡ ਨੇ ਕਰਨਾ ਹੀ ਆ, ਉਹਦੇ 'ਚ ਚੀਜ਼ ਦਾ ਕੋਈ ਕਸੂਰ ਨਹੀਂ। ਜੇ ਤੁਸੀਂ ਪਨੀਰ ਦੀ ਸਬਜ਼ੀ ਦੇ ਨਾਲ ਚਿੱਟੇ ਚੌਲ ਜਾਂ ਰੋਟੀਆਂ ਖਾਓਗੇ ਢਿੱਡ ਭਰ ਕੇ, ਉਹ ਰੋਟੀ ਤੇ ਚਿੱਟੇ ਚੌਲਾਂ ਦੀ ਸ਼ੂਗਰ ਨੇ ਤੁਹਾਨੂੰ ਖਰਾਬੀ ਕਰਨੀ ਆ, ਤੁਹਾਨੂੰ ਪਨੀਰ ਨੇ ਖਰਾਬੀ ਨਹੀਂ ਕਰਨੀ। ਠੀਕ ਹੈ, ਸੋ ਪਨੀਰ ਜਾਂ ਚੀਜ਼ ਤੁਸੀਂ ਥੋੜੀ ਮਾਤਰਾ 'ਚ ਲੈ ਸਕਦੇ ਹੋ, ਕੋਸ਼ਿਸ਼ ਕਰਿਆ ਕਰੋ ਵੀ ਪਨੀਰ ਚੀਜ਼ ਜਿਹੜਾ ਆ ਉਹਨੂੰ ਸਿਰਫ ਸਬਜ਼ੀਆਂ ਦੇ ਨਾਲ ਖਾਓ, ਉਹਦੇ ਨਾਲ ਹੋਰ ਕੋਈ ਚੀਜ਼ ਤੁਸੀਂ ਲੈਣੀ ਅਵੋਇਡ ਕਰੋ। ਦੋਸਤੋ, ਦੁੱਧ ਦੇ ਬਾਰੇ ਜਦੋਂ ਆਪਾਂ ਡਿਸਕਸ਼ਨ ਕਰਦੇ ਹਾਂ ਤੇ ਚਾਹ ਨੂੰ ਗੱਲ ਦੇ ਵਿੱਚੋਂ ਛੱਡਣਾ ਜਿਹੜਾ ਆ ਉਹ ਮੈਂ ਮੁਨਾਸਬ ਨਹੀਂ ਸਮਝੂੰਗਾ, ਚਾਹ ਦੀ ਗੱਲ ਕਰਨੀ ਆ ਉਹ ਬਹੁਤ ਜ਼ਰੂਰੀ ਹੋ ਜਾਂਦੀ ਹੈ। ਦੇਖੋ, ਅਗਰ ਤੁਸੀਂ ਫਿੱਕੀ ਚਾਹ 1 ਕੱਪ ਜਾਂ 2 ਕੱਪ ਦਿਨ ਦੇ ਵਿੱਚ ਪੀਂਦੇ ਹੋ ਤੇ ਤੁਹਾਨੂੰ ਸ਼ੂਗਰ ਆ, ਤੇ ਮੈਂ ਤੁਹਾਨੂੰ ਸਿੱਧੇ ਤੌਰ ਤੇ ਇਹ ਗੱਲ ਕਹਿਣਾ ਚਾਹੁੰਦਾ ਵੀ ਤੁਸੀਂ ਇਸ ਤੋਂ ਮਾੜਾ ਕੰਮ ਆਪਣੇ ਸਰੀਰ ਲਈ ਹੋਰ ਕੁਛ ਨਹੀਂ ਕਰ ਸਕਦੇ। ਜਿਹੜੀ ਤੁਸੀਂ ਚਾਹ ਪੀਂਦੇ ਆ ਨਾ, ਦੁੱਧ ਪੱਤੀ ਪੀ ਲੈਂਦੇ ਆ ਜਾਂ ਚਾਹ ਪੀ ਲੈਂਦੇ, ਦੇਖੋ ਪੱਤੀ 'ਚ ਦੁੱਧ ਪਾ ਲਿਆ ਜਾਂ ਦੁੱਧ 'ਚ ਪੱਤੀ ਪਾ ਲਈ ਕੋਈ ਖਾਸ ਫਰਕ ਨਹੀਂ। ਚਾਹ ਦੇ ਬਾਰੇ ਆਪਾਂ ਇੱਕ ਡਿਟੇਲਡ ਵੀਡੀਓ ਹੋਰ ਕਰਾਂਗੇ, ਠੀਕ ਹੈ, ਲੇਕਿਨ ਤੁਹਾਨੂੰ ਥੋੜ੍ਹਾ ਜਿਹਾ ਮੈਂ ਬਰੀਫ 'ਚ ਦੱਸਦਾ। ਚਾਹ ਇਨਫਲਾਮੇਸ਼ਨ ਵਧਾਉਂਦੀ ਹੈ, ਸਾਡੇ ਸਰੀਰ ਦੀ ਜਿਹੜੀ ਅੰਦਰੂਨੀ ਸੋਜਿਸ਼ ਹੈ ਉਹਨੂੰ ਵਧਾਉਂਦੀ ਹੈ, ਪੇਟ ਨੂੰ ਨੁਕਸਾਨ ਪਹੁੰਚਾਉਂਦੀ ਹੈ, ਹਮੇਸ਼ਾ ਤੁਹਾਡੇ ਸਰੀਰ ਦੇ ਵਿੱਚ ਸਟ੍ਰੈਸ ਕ੍ਰੀਏਟ ਕਰੂਗੀ, ਤੇ ਇਨਫਲਾਮੇਸ਼ਨ ਦੇ ਵਿੱਚ ਸਟ੍ਰੈਸ ਦੇ ਵਿੱਚ ਤੁਹਾਡੀ ਬਲੱਡ ਸ਼ੂਗਰ ਹਮੇਸ਼ਾ ਹਾਈ ਜਾਊਗੀ। ਜਿਹੜਾ ਤੁਸੀਂ 1 ਕੱਪ ਛੋਟਾ ਵੱਡਾ ਜਾਂ 2 ਕੱਪ ਦਿਨ ਦੇ ਫਿੱਕੇ ਚਾਹ ਦੇ ਵੀ ਪੀਂਦੇ ਆ, ਤੁਹਾਡੀ ਬਲੱਡ ਸ਼ੂਗਰ ਉਹੀ ਨਹੀਂ ਠੀਕ ਹੋਣ ਦਿੰਦੇ। ਬਹੁਤ ਸਾਰੇ ਮੇਰੇ ਪੇਸ਼ੈਂਟਸ ਤੇ ਕਲਾਇੰਟ ਹੈਗੇ ਆ ਜਿਨ੍ਹਾਂ ਦੇ ਨਾਲ ਮੈਂ ਇਹ ਚਾਹ ਦਾ ਐਕਸਪੈਰੀਮੈਂਟ ਕਰਕੇ ਦੇਖ ਚੁੱਕਿਆ, ਹਰ ਵਾਰ ਵਧੀਆ ਰਿਜ਼ਲਟ ਮਿਲੇ ਆ, ਹਰ ਵਾਰੀ, ਠੀਕ ਹੈ ਨਾ। ਹਮੇਸ਼ਾ ਹੀ ਚਾਹ ਛੱਡਣ ਉੱਤੇ ਜਿਹੜਾ ਸਾਡਾ ਖਾਲੀ ਪੇਟ ਨਿਰਣੇ ਜਿਹੜਾ ਅਸੀਂ ਸ਼ੂਗਰ ਦਾ ਟੈਸਟ ਕਰਦੇ ਹਾਂ ਉਹਦੇ ਵਿੱਚ ਉਸ ਨੰਬਰ 'ਚ ਗਿਰਾਵਟ ਆਈ ਆ, ਸਾਡੀ ਸ਼ੂਗਰ ਲੈਵਲ ਇੰਪਰੂਵ ਹੋਏ ਆ ਚਾਹ ਛੱਡਣ ਨਾਲ। ਅਗਰ ਤੁਹਾਨੂੰ ਮੇਰੀ ਗੱਲ ਦੇ ਉੱਪਰ ਯਕੀਨ ਨਹੀਂ ਹੈਗਾ ਤੇ ਤੁਸੀਂ ਹਫ਼ਤੇ ਵਾਸਤੇ, ਅਗਰ ਡਾਇਬਟਿਕ ਹੋ ਤੇ ਚਾਹ ਦਾ 1 ਜਾਂ 2 ਕੱਪ ਤੁਸੀਂ ਪੀਂਦੇ ਹੋ, ਹਫ਼ਤੇ ਵਾਸਤੇ ਆਪਣੀ ਚਾਹ ਬਿਲਕੁਲ ਬੰਦ ਕਰ ਦਿਓ, ਆਪਣਾ ਖਾਣਾ ਬਾਕੀ ਸਾਰਾ ਸੇਮ ਰੱਖੋ, ਰੂਟੀਨ ਸਾਰਾ ਸੇਮ ਰੱਖੋ, ਤੇ ਆਪਣੇ ਬਲੱਡ ਗਲੂਕੋਜ਼ ਲੈਵਲ ਨੂੰ ਰੋਜ਼ ਸਵੇਰੇ ਮੋਨੀਟਰ ਕਰੋ, ਰੋਜ਼ ਸਵੇਰੇ ਚੈੱਕ ਕਰੋ, ਤੁਹਾਨੂੰ ਆਪੇ ਹੀ ਪਤਾ ਲੱਗ ਜਾਏਗਾ ਵੀ ਹਫ਼ਤੇ ਦੇ ਵਿੱਚ ਵਿੱਚ ਤੁਹਾਡੇ ਬਲੱਡ ਗਲੂਕੋਜ਼ ਲੈਵਲ ਜਿਹੜੇ ਆ ਉਹ ਨੀਚੇ ਆਉਣੇ ਸ਼ੁਰੂ ਹੋ ਜਾਣਗੇ। ਦੋਸਤੋ, ਅਸੀਂ ਇਹ ਤਾਂ ਹਿਸਾਬ ਲਾ ਲਿਆ ਵੀ ਦੁੱਧ ਸਾਡੇ ਲਈ ਵਧੀਆ ਚੀਜ਼ ਆ, ਠੀਕ ਹੈ, ਡਾਇਬਟੀਜ਼ ਦੇ ਵਿੱਚ ਵੀ ਅਸੀਂ ਦੁੱਧ ਜਿਹੜਾ ਆ ਉਹ ਲੈ ਸਕਦੇ ਹਾਂ, ਲੇਕਿਨ ਇਹਦੇ ਵਿੱਚ ਤੁਹਾਨੂੰ ਮੈਂ ਇੱਕ ਹੋਰ ਛੋਟੀ ਜਿਹੀ ਰਿਕੁਐਸਟ ਕਰਨੀ ਚਾਹੁੰਦਾ ਹਾਂ। ਦੇਖੋ, ਦੁੱਧ ਸਾਡੇ ਲਈ ਅੱਛਾ ਆ ਇਹ ਗੱਲ ਆਪਾਂ ਮੰਨ ਲਈ, ਲੇਕਿਨ ਏਦਾਂ ਨਾ ਹੋਵੇ ਵੀ ਅਸੀਂ ਅੱਛੀ ਚੀਜ਼ ਨੂੰ ਵੱਧ ਮਾਤਰਾ 'ਚ ਲੈ ਕੇ ਆਪਣਾ ਨੁਕਸਾਨ ਕਰਾ ਲਈਏ, ਠੀਕ ਹੈ। ਸੋ ਮੇਰੀ ਰਿਕੁਐਸਟ ਤੁਹਾਨੂੰ ਇਹ ਆ, ਜਦੋਂ ਵੀ ਤੁਸੀਂ ਖਾਣਾ ਖਾਣ ਲੱਗੇ ਹੋ, ਚਾਹੇ ਨਾਸ਼ਤਾ, ਚਾਹੇ ਦੁਪਹਿਰ ਦਾ ਖਾਣਾ ਜਾਂ ਤੁਸੀਂ ਰਾਤ ਦਾ ਖਾਣਾ ਡਿਨਰ ਲੱਗੇ ਆ ਕਰਨ, ਹਮੇਸ਼ਾ ਖਾਣੇ ਤੋਂ ਪਹਿਲਾਂ 1 ਵਾਰ ਆਪਣੀ ਥਾਲੀ ਤੇ 1 ਵਾਰ ਆਪਣੀ ਪਲੇਟ ਤੇ ਜ਼ਰੂਰ ਨਜ਼ਰ ਮਾਰ ਕੇ ਦੇਖਿਆ ਕਰੋ ਕਿ ਅਸੀਂ ਦੁੱਧ ਦੀਆਂ ਬਣੀਆਂ ਹੋਈਆਂ ਕਿੰਨੀਆਂ ਚੀਜ਼ਾਂ ਖਾਣ ਲੱਗੇ ਹਾਂ, ਠੀਕ ਹੈ। ਹੁਣ ਇੱਦਾਂ ਨਾ ਹੋਵੇ ਵੀ ਤੁਸੀਂ ਦਾਲ ਸਬਜ਼ੀ ਬਣਾਈ ਹੈ, ਠੀਕ ਹੈ, ਸਬਜ਼ੀ ਤੁਹਾਡੀ ਪਨੀਰ ਦੀ ਹੈ, ਨਾਲ ਤੁਸੀਂ ਦਹੀਂ ਲੈ ਲਿਆ, ਨਾਲ ਗਲਾਸ ਇੱਕ ਲੱਸੀ ਦਾ ਰੱਖ ਲਿਆ, ਠੀਕ ਹੈ, ਵੀ ਪਨੀਰ ਵੀ ਤੁਸੀਂ ਘੱਟ ਮਾਤਰਾ 'ਚ ਲਿਆ, ਮੇਰੇ ਕਹਿਣ ਦੇ ਹਿਸਾਬ ਨਾਲ ਪਨੀਰ ਵੀ ਘੱਟ ਮਾਤਰਾ 'ਚ ਲਿਆ, ਦਹੀਂ ਵੀ 100 ਗ੍ਰਾਮ ਲੈ ਲਿਆ, ਨਾਲ ਗਲਾਸ ਇੱਕ ਲੱਸੀ ਦਾ ਵੀ ਲੈ ਲਿਆ, ਇਹ ਕੰਮ ਨਹੀਂ ਕਰਨਾ ਹੈ, ਠੀਕ ਹੈ। ਇੱਦਾਂ ਨਾ ਹੋਵੇ ਵੀ ਸਵੇਰ ਦਾ ਤੁਸੀਂ ਨਾਸ਼ਤਾ ਕਰਨ ਲੱਗੇ ਆ, ਨਾਲ ਦਹੀਂ ਵੀ ਲੈ ਲਿਆ, ਨਾਲ ਦੁੱਧ ਦਾ ਕੱਪ ਵੀ ਲੈ ਲਿਆ, ਇਹ ਚੀਜ਼ ਨਹੀਂ ਕਰਨੀ। ਕੋਸ਼ਿਸ਼ ਇਹ ਕਰੋ 1 ਟਾਈਮ ਦੇ ਖਾਣੇ ਤੇ ਤੁਹਾਡੇ ਗਲਾਸ 'ਚ ਜਾਂ ਤੁਹਾਡੇ ਥਾਲ 'ਚ ਇੱਕੋ ਹੀ ਚੀਜ਼ ਦੁੱਧ ਦੀ ਬਣੀ ਹੋਵੇ, ਠੀਕ ਹੈ, ਜਾਂ ਪਨੀਰ ਦੀ ਸਬਜ਼ੀ ਹੋਵੇ ਜਾਂ ਦਹੀਂ ਹੋਵੇ ਜਾਂ ਨਾਲ ਦੁੱਧ ਜਾਂ ਨਾਲ ਲੱਸੀ ਤੁਸੀਂ ਲੈ ਲਓ, ਠੀਕ ਹੈ। ਲੇਕਿਨ ਵੈਸੇ ਦਹੀਂ ਲੱਸੀ ਜਿਹੜਾ ਵੈਸੇ ਦੁੱਧ ਲੱਸੀ ਜਿਹੜਾ ਆ ਉਹਨੂੰ ਘੰਟੇ ਬਾਅਦ ਲਓਗੇ ਤਾਂ ਜ਼ਿਆਦਾ ਵਧੀਆ ਆ, ਠੀਕ ਹੈ, ਲੇਕਿਨ ਅਗਰ ਤੁਸੀਂ ਘੰਟੇ ਬਾਅਦ ਨਹੀਂ ਵੀ ਲੈਂਦੇ, ਅਗਰ ਤੁਸੀਂ ਨਾਲ ਵੀ ਲੈਣਾ ਚਾਹੁੰਦੇ, ਕੋਸ਼ਿਸ਼ ਕਰੋ 1 ਹੀ ਪ੍ਰੋਡਕਟ ਜਿਹੜਾ ਮਿਲਕ ਦਾ ਬਣਿਆ ਹੋਇਆ ਉਹ ਤੁਹਾਡੇ ਖਾਣੇ 'ਚ ਹੋਵੇ। ਅਗਰ ਤੁਸੀਂ ਕੜੀ ਬਣਾਈ ਹੈ ਤੇ ਉਹਨੂੰ ਵੀ ਅਸੀਂ ਦੁੱਧ ਦਾ ਪ੍ਰੋਡਕਟ ਹੀ ਮੰਨਾਂਗੇ, ਠੀਕ ਹੈ, ਕਿਉਂਕਿ ਉਹਦੇ ਵਿੱਚ ਵੀ ਦੁੱਧ ਦਹੀਂ ਪੈਂਦਾ ਆ, ਠੀਕ ਹੈ ਜੀ। ਸੋ ਇਸ ਚੀਜ਼ ਦਾ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ। ਸੋ ਦੋਸਤੋ, ਇਹ ਸੀ ਸਾਰੀ ਗੱਲ ਦੁੱਧ ਬਾਰੇ। ਦੁੱਧ ਤੁਸੀਂ ਲੈ ਸਕਦੇ ਹੋ, ਤੁਹਾਡੀ ਸਿਹਤ ਲਈ ਬਹੁਤ ਅੱਛਾ ਹੈ, ਲੇਕਿਨ ਲਓ ਥੋੜੀ ਮਾਤਰਾ ਦੇ ਵਿੱਚ ਤੇ ਬਾਕੀ ਦੇ ਖਾਣੇ ਦੇ ਨਾਲ ਬੈਲੈਂਸ ਬਣਾ ਕੇ। ਸੋ ਦੋਸਤੋ, ਇਹ ਸੀ ਸਾਰੀਆਂ ਗੱਲਾਂ ਦੁੱਧ ਬਾਰੇ ਤੇ ਦੁੱਧ ਦੇ ਪ੍ਰੋਡਕਟਸ ਬਾਰੇ ਜੋ ਮੈਂ ਤੁਹਾਨੂੰ ਕਰਨੀਆਂ ਚਾਹੁੰਦਾ ਸੀਗਾ, ਠੀਕ ਹੈ। ਦੁੱਧ ਦਾ ਕੱਪ ਜ਼ਰੂਰ ਲਓ, ਦੁੱਧ ਦੇ ਪ੍ਰੋਡਕਟ ਜ਼ਰੂਰ ਖਾਓ, ਲੇਕਿਨ ਉਹਨਾਂ ਨੂੰ ਲਿਮਿਟਡ ਮਾਤਰਾ ਦੇ ਵਿੱਚ ਰੱਖੋ, ਠੀਕ ਹੈ ਜੀ। ਆਪਾਂ ਮਿਲਾਂਗੇ ਅਗਲੀ ਵਾਰ ਅਗਲੀ ਵੀਡੀਓ ਦੇ ਵਿੱਚ, ਉਦੋਂ ਤੱਕ ਤੁਸੀਂ ਰੱਖੋ ਆਪਣੀ ਸਿਹਤ ਦਾ ਖਿਆਲ। ਧੰਨਵਾਦ।